कित विधि पुरखा जन्म बटाया काहे को तुझ ए मन लाया। हाँ, कित विधि पुरखा जन्म बटाया। सिद्ध कहते ने नानक नूं हे पुरखा, सिद्ध महापुरख नहीं कह रहे, पुरख कह रहे। इन्ना उन्हां नूं ज्ञान है कि महापुरख सिर्फ एक है, जिहदी बाणी है, जिन्हें बुलाया वह महापुरख है, जिहड़ा बोलिया वह पुरख है, जिन्हें बाणी उच्चारण की है वह पुरख है। जिन्हें उच्चारण करवाई है वह महापुरख। हुण महापुरख वह ने जिन्हें बाणी की समझ भी है जी, उच्चारण करनी तक पासे रही, बाणी की समझ भी है जी, पढ़नी भी नहीं सही आती, वह महापुरख बने हुए। तो फिर सिखी का यही हाल होना सी, इन्हें घटिया महापुरख जब बन गए, घटिया सिखी बन गई। जिन्ना घटिया सोना हो उन्ना घटिया गहने बन जाने। महापुरख बहुत घटिया ने, खोटे देहधारी ने, मायाधारी ने, नहीं तो बाणी जी है ये बाणी महापुरख की निजकर बसा हो। बाणी बिरलो विचार सी, जे को गुरमुख होए, विचारन वाला गुरमुख है। ये बाणी महापुरख की, जिहड़े लोग कहिंदे ने भी ये 36 बंदियां दी 35 बंदियां दी बाणी है, ये भी गलत है। 35 या 36 ने उच्चारण जरूर कीती है, पर करवाउण वाला इक्को ही है। ये बाणी महापुरख की, एक वचन है महापुरख बाणी दा उहदी है। गुरबाणी जिहड़ी हैगी है उच्चारण कीती हुई गुरबाणी, वह 35 या 36 की है। बाणी एक दी हुई है, वो कि वो हैगा खसम, बुलाया बोले खसम, खसम वो खसम कौन है? वो है सच, ये सच सभना का खसम। इत आके गल मुकी है, सच की न्यों ते सिखी खड़ी है। सिखी दा राज खड़ा सच की न्यों ते, नानक राज चलाया सच, सच दा राज चलाया, कोट सताणी दीव ते, सताणी सच की न्यों, सत वाली सच वाली, सत सताणी जिहदी न्यों विच भी सच पाया, थले न्यों च भी कुछ होर नहीं पाया, जो न्यों च पाया उही उत्ते। ਇਹ ਨਹੀਂ ਮਨ ਹੋਰ ਮੁੱਖ ਹੋਰ ਹੈ, ਜੋ ਮਨ ਵਿੱਚ ਹੈ ਉਹੀ ਮੁੱਖ ਵਿੱਚ ਹੈ। ਮਨ ਸੱਚਾ ਮੁੱਖ ਸੱਚਾ ਸੋਏ, ਜੋ ਮੁੱਖ ਵਿੱਚ ਹੈ ਗੁਰਬਾਣੀ ਹੈ ਪ੍ਰਗਟ ਹੈ। ਜੋ ਨਿਉਂ ਸੀ ਉਹ ਬਾਣੀ ਸੀ, ਇਹਦੀ ਨਿਉਂ ਕੀ ਹੈ? ਨਿਉਂ ਬਾਣੀ ਹੈ। ਉੱਪਰ ਮਹਿਲ ਕੀ ਹੈ? ਮਹਿਲ ਗੁਰਬਾਣੀ ਹੈ। ਸਾਡੇ ਸਾਹਮਣੇ ਤਾਂ ਗੁਰਬਾਣੀ ਹੋ, ਕੋਟ ਸਤਾਣੀ ਦੀਵ ਤੇ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਵੇ। ਇਹ ਨਿਜ ਘਰ 'ਚ ਵਾਸ ਕਰਾ ਦਿੰਦੀ ਹੈ, ਸੰਤੋਖੀ ਬਣਾ ਦਿੰਦੀ ਹੈ, ਸਾਰੀਆਂ ਇੱਛਾ ਪੂਰੀਆਂ ਕਰਵਾ ਦਿੰਦੀ ਹੈ, ਜੇ ਇਹਨੂੰ ਪਰ ਮੰਨ ਲਵੇ ਤਾਂ, ਬਗੈਰ ਮੰਨੇ ਤਾਂ ਨਹੀਂ। ਜੇ ਮੰਨਣ ਲੱਗ ਜਾਵੇ ਸਮਝ ਆਪੇ ਆ ਜਾਂਦੀ। ਜਿੰਨੀ ਸਮਝ ਆਉਂਦੀ ਉੰਨੀ ਮੰਨਣ ਵੇ, ਇਮਾਨਦਾਰੀ ਨਾਲ ਸਮਝ ਆਪੇ ਆਜੂਗੀ। ਸਮਝ ਤਾਂ ਨਹੀਂ ਆਉਂਦੀ, ਮੰਨਣ ਤੋਂ ਪਹਿਲਾਂ ਸਮਝਣੀ ਚਾਹੁੰਦੇ ਹਾਂ। ਸਮਝ ਕਿਉਂ ਨਹੀਂ ਆਉਂਦੀ? ਮੰਨਣ ਤੋਂ ਪਹਿਲਾਂ ਸਾਰੀ ਸਮਝਣੀ ਚਾਹੁੰਦੇ ਹਾਂ। ਜਿੰਨੀ ਸਮਝ ਆਈ ਉੰਨੀ ਮੰਨੋ। ਇੱਦਾਂ ਸਮਝ 'ਚ ਨਹੀਂ ਆਉਣੀ ਕਿਸੇ ਦੇ ਵੀ। ਗੁਰਮੁਖ ਦੇ ਵਿੱਚ ਹੁੰਦਾ ਗੁਰਮੁਖ ਗੁਰਬਾਣੀ ਤੋਂ ਪੜ੍ਹਦਾ ਹੈ, ਜੋ ਜਿੰਨੀ ਪੜ੍ਹੀ ਜਾਂਦਾ ਸਮਝੀ ਜਾਂਦਾ ਉਹ ਨਹੀਂ ਮੰਨੀ ਜਾਂਦਾ।
ਇੱਦਾਂ ਹੀ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਮੰਨੀ ਜਾਂਦੇ ਨੇ ਤੁਰ ਤੱਕ ਪਹੁੰਚ ਜਾਂਦੇ ਨੇ। ਸ਼ੁਰੂ 'ਚ ਕੀ ਪੜ੍ਹਾਈ ਹੁੰਦੀ ਹੈ? ਕੁਛ ਵੀ ਨਹੀਂ ਹੁੰਦੀ। ਉੜੇ ਵਾਲੇ ਤੋਂ ਸ਼ੁਰੂ ਕਰਕੇ, ABC ਤੋਂ ਸ਼ੁਰੂ ਕਰਕੇ ਕਿੱਥੇ ਤੱਕ ਚਲੇ ਜਾਂਦੇ ਨੇ, ਏਕੇ ਦੂਏ ਤੋਂ ਸ਼ੁਰੂ ਕਰਕੇ ਮੈਥ ਨੂੰ ਕਿੱਥੇ ਤੱਕ ਪਹੁੰਚ ਜਾਂਦੇ ਨੇ। ਪਰ ਮੰਨਦੇ ਨੇ ਉਹ ਥੱਲੇ 'ਤੇ ਲੈ ਕੇ, ਸ਼ੁਰੂ 'ਤੇ ਲੈ ਕੇ ਮੰਨਦੇ ਚਲੇ ਜਾਂਦੇ। ਉਹ ਮੰਨੀ ਹੋਈ ਚੀਜ਼ ਗਾਹਾਂ 'ਤੇ ਗਾਹਾਂ ਵੱਧਦਾ ਹੁੰਦਾ। ਗੁਰਬਾਣੀ ਵੀ ਥੱਲੇ ਮੰਨਣ ਨਾਲੇ ਵੱਧਦਾ ਹੋਣਾ। ਸਾਡਾ ਵਿਸ਼ਵਾਸ ਗੁਰਬਾਣੀ 'ਤੇ ਹੈ ਨਹੀਂ ਤਾਂ ਸਮਝ 'ਚ ਆਉਣ ਦਾ ਸਵਾਲ ਨਹੀਂ ਪੈਦਾ ਹੁੰਦਾ। ਵਿਦਵਾਨਾਂ ਦੇ ਸਮਝ 'ਚ ਇਸੇ ਕਰਕੇ ਨਹੀਂ ਹੁੰਦੀ, ਮੰਨਦੇ ਹੀ ਨਹੀਂ। ਉਹ ਤਾਂ ਸ਼ੰਕਾ ਕਰਦੇ ਨੇ ਗੁਰਬਾਣੀ 'ਤੇ। ਹਾਂਜੀ, ਕਿਤ ਵਿਧੀ ਪੁਰਖਾ ਜਨਮ ਵਟਾਇਆ, ਉਹ ਪੁੱਛਦੇ ਨੇ ਇਹ ਪੁਰਖਾ ਤੇਰਾ ਜਨਮ ਵੱਡ ਗਿਆ, ਵਟਾਤਾ ਸੰਸਾਰ ਨੂੰ, ਤੇਰੀ ਵੱਖਰੀ ਰੀਤ ਹੈ। ਪ੍ਰਥਮੇ ਤਿਆਗੀ ਹੋਮੇ ਪ੍ਰੀਤ, ਹੋਮੇ ਪ੍ਰੀਤ ਤਿਆਗ ਦੇਣ ਦੇ ਨਾਲ ਸੰਸਾਰ ਹੋਮੇ ਦੇ ਵਿੱਚ ਗ੍ਰਸਤ ਹੈ, ਤੈਂ ਹੋਮੇ ਨੂੰ ਪ੍ਰੀਤ ਤਿਆਗਤੀ। ਦੁਤੀਆ ਤਿਆਗੀ ਲੋਕਾ ਰੀਤ ਤਿਆਗਤੀ, ਤਾਂ ਲੋਕ ਜਗ ਕੀ ਭੇਟਾ ਚਾਲ ਹੈ, ਇਹ ਤਾਂ ਭੇਟਾ ਚਾਲ ਹੈ ਜਗ ਦੀ, ਜਿਵੇਂ ਅਸੀਂ ਕਹਿੰਦੇ ਸਾਰੇ ਸਾਡੇ ਮਗਰ ਤੁਰੇ ਆਉਂਦੇ ਨੇ। ਤੂੰ ਸਾਨੂੰ ਪੜ੍ਹਾਉਣ ਆ ਗਿਆ, ਸੰਸਾਰ ਸਾਡੇ ਪਿੱਛੇ ਹੈ। ਬੜੇ ਬੜੇ ਰਾਜੇ ਸਾਨੂੰ ਗੁਰੂ ਮੰਨਦੇ ਨੇ, ਉਸ ਗੱਲ ਦੀ ਸੋਝੀ ਤੈਨੂੰ ਕਿਵੇਂ ਆ ਗਈ ਜਿਹਦੀ ਸੋਝੀ ਸਾਨੂੰ ਵੀ ਨਹੀਂ ਆਈ, ਜਿਹਦੀ ਸੋਝੀ ਸਿਮਰਤ ਸ਼ਾਸਤਰਾਂ ਵਿੱਚ ਵੀ ਹੈ ਨਹੀਂ। ਭਾਵੇਂ ਵੇਦ ਪਏ ਨੇ ਪਰ ਵੇਦਾਂ ਦੀ ਅਸਲੀ ਗਿਆਨ ਸੋਝੀ ਹੈ ਨਹੀਂ ਲੋਕਾਂ ਕੋਲ। ਗੁਰਬਾਣੀ ਪਈ ਆ, ਉਹਦੀ ਸੋਝੀ ਹੈ ਨਹੀਂ ਲੋਕਾਂ ਕੋਲ। ਅੱਖਰਾਂ 'ਚ ਪਈ ਹੋਣੀ ਹੋਰ ਗੱਲ ਹੈ, ਗ੍ਰੰਥਾਂ 'ਚ ਪਈ ਹੋਣੀ ਗੱਲ ਹੋਰ ਹੈ, ਸਮਝ ਲੈਣੀ ਗੱਲ ਹੋਰ ਹੈ। ਸਮਝ ਕੇ ਵਿੱਚ ਬੁੱਝ ਲੈਣੀ, ਕਿਉਂਕਿ ਬੁੱਝਣ ਵਾਲੀ ਗੱਲ ਹੈ, ਉਹ ਗੱਲ ਹੋਰ ਹੈ। ਨਹੀਂ ਤਾਂ ਧਰਮ ਗ੍ਰੰਥਾਂ 'ਚ ਪਏ ਰਹਿੰਦੇ ਰਹਿ ਜਾਂਦੇ। ਗੁਰਬਾਣੀ ਗ੍ਰੰਥ 'ਚ ਪਈ ਹੈ, ਆਪਣੇ ਕੋਲ ਪਈ ਹੈ, 300 ਸਾਲ ਹੋ ਗਏ ਪਈ ਹੈ। ਕਿੰਨਿਆਂ ਕਰ ਸਮਝ ਲਈ, ਕਿੰਨਿਆਂ ਕਰੋਂ ਸਮਝ ਆਈ ਹੈ ਇਹਦੀ? ਜਿਹਨੂੰ ਸਮਝ ਆਈ ਉਹ ਪਾਰ ਪਿਆ। ਜਿਹਨੇ ਇਹਦੀ ਮੰਨਣਾ ਕੀਤੀ ਹੈ ਨਾ, ਜਿਹ ਕੀਤੀ ਸੋ ਪਾਰ ਪਿਆ। ਜਿਹਨੇ ਮੰਨਣਾ ਕੀਤੀ ਹੈ, ਮੰਨ ਲਈ ਬਾਣੀ, ਸੋ ਪਾਰ ਪਿਆ, ਪਾਰ ਹੋ ਗਿਆ ਉਹ। ਇਧਰਲੇ ਪਾਸੇ ਉਹਦਾ ਕੀ ਕੰਮ ਰਹਿ ਗਿਆ? ਗੁਰਬਾਣੀ ਸੰਸਾਰ ਨੂੰ ਤੋੜ ਕੇ ਪਾਰ ਲੈ ਕੇ ਜਾਂਦੀ ਹੈ ਬਾਬ ਸਾਗਰ ਤੋਂ, ਤੇ ਸਿੱਖ ਰਾਜ ਨੂੰ ਚਿੰਬੜੇ ਹੋਏ ਨੇ ਸੰਸਾਰ ਦੇ। ਇਹ ਤਾਂ ਗੱਲ ਸਿੱਖੀ ਤੋਂ ਉਲਟਾ, ਸਿੱਖ ਬਣਨਾ ਤਾਂ ਚਾਹੁੰਦੇ ਹੀ ਨਹੀਂ ਇਹ। ਇੱਕ ਫਿਰਕਾ ਖੜਾ ਕਰ ਲਿਆ ਅਲੱਗ ਹੋਰ ਕਿਸਮ ਦਾ। ਹਾਂਜੀ, ਕਿਤ ਵਿਧੀ ਪੁਰਖਾ ਜਨਮ ਵਟਾਇਆ, ਤੇਰਾ ਜਨਮ ਕਿਵੇਂ ਵਟ ਗਿਆ? ਸੰਸਾਰ ਦਾ ਤੈਨੂੰ ਮੋਹ ਨਹੀਂ ਰਿਹਾ, ਸੰਸਾਰ ਦਾ ਤੈਨੂੰ ਲਗਾਵ ਨਹੀਂ ਰਿਹਾ, ਦੁਨੀਆਂ ਦੀ ਵਡਿਆਈ ਦੀ ਤੇਰੇ ਅੰਦਰ ਇੱਛਾ ਨਹੀਂ ਰਹੀ। ਇੰਨਾ ਗਿਆਨ ਹੋਵੇ, ਵਡਿਆਈ ਦੀ ਇੱਛਾ ਨਾ ਹੋਵੇ, ਪੈਦਲ ਤੁਰਿਆ ਫਿਰਦਾ।